ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮੱਲੀਆਂ, ਮਾਣੇ ਮੱਲੀਆਂ ਪਿੰਡ ਦੋਸਤੋ, ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵੀਰ ਨਿਸ਼ਾਨ ਸਿੰਘ ਦੇ ਕੋਲ ਆਏ ਹਾਂ ਦੋਸਤੋ, ਅਤੇ ਕਦੇ ਕਦੇ ਦੋਸਤੋ ਵਿਕਰੀ ਵਾਲੇ ਪਸ਼ੂ ਆ ਜਾਂਦੇ ਆ ਇਸ ਘਰੇ। ਇੱਕ ਬਿਲਕੁਲ ਘਰ ਦੀ ਘਰੇਲੂ ਵਹਿੜ ਤੁਹਾਨੂੰ ਦਿਖਾਵਾਂਗੇ, ਉਹ ਵੀ ਸੂਈ ਸਵਾਈ ਆ, ਅਤੇ ਇੱਕ ਦੋਸਤੋ ਵਿਕਰੀ ਵਾਲੇ ਪਰਪਸ ਦੇ ਲਈ ਵੀਰ ਉਹਨਾਂ ਨੇ ਵਹਿੜ ਖਰੀਦੀ ਆ, ਇਹ ਵੀ ਬਿਲਕੁਲ ਸੇਲ ਦੇ ਲਈ ਅਵੇਲੇਬਲ ਆ। ਦੋ ਵਹਿੜਾਂ ਦਿਖਾਵਾਂਗੇ ਦੋਸਤੋ, ਅਤੇ ਦੋ ਵਹਿੜਾਂ ਦੀ ਚਵਾਈ ਆਪਾਂ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ। ਵਹਿੜਾਂ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ, ਕਿੰਨੇ ਮਿਲਕ 'ਤੇ ਚੱਲਦੀਆਂ ਨੇ, ਕੀ ਰੇਟ ਭਾਅ ਪੜਤਾ ਰਹੂਗਾ, ਪੂਰੀ ਡਿਟੇਲ ਆ ਜਿਹੜੀ ਦੋਸਤੋ ਤੁਹਾਨੂੰ ਇਸ ਕਵਰੇਜ ਦੇ ਵਿੱਚ, ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਮਾਣੇ ਮੱਲੀਆਂ ਕਰਨੀ ਹੈਗੀ ਆ ਦੋਸਤੋ, ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ। ਸੁਰ ਸਿੰਘ ਪਿੰਡ ਥੋੜ੍ਹੀ ਦੂਰੀ 'ਤੇ ਆ, ਵੱਡਾ ਪਿੰਡ ਆ ਸੁਰ ਸਿੰਘ, ਅਤੇ ਭਿੱਖੀ ਪਿੰਡ ਤੋਂ ਵੀ ਤਕਰੀਬਨ ਜੇਕਰ ਦੋਸਤੋ ਆਪਾਂ ਦੇਖ ਲਈਏ ਤਾਂ ਸਾਰੀ ਕੋਈ 8-9 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਮਾਣੇ ਮੱਲੀਆਂ ਦੀ, ਠੀਕ ਆ ਜੀ। ਅਤੇ ਆਓ ਕਰਦੇ ਹਾਂ ਪੂਰੀ ਗੱਲਬਾਤ ਸਾਂਝੀ ਤੁਹਾਡੇ ਨਾਲ, ਵੀਰ ਨਿਸ਼ਾਨ ਸਿੰਘ ਓਨਰ ਆ, ਉਹਨਾਂ ਤੋਂ ਪੂਰੀ ਆਪਾਂ ਡਿਟੇਲ ਲੈ ਲਾਂਗੇ। ਅੱਜ ਦੋਸਤੋ 21 ਤਰੀਕ ਆ, 21 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ। ਸਮਾਂ ਕੋਈ ਸ਼ਾਮ ਦਾ 5 ਵਜੇ ਦਾ ਸਮਾਂ, ਸੋ ਬਿਲਕੁਲ ਚਵਾਈ ਦਾ ਸਮਾਂ ਹੋਇਆ ਪਿਆ। ਬਾਕੀ ਚਵਾਈ ਤੁਹਾਨੂੰ ਦੋਵਾਂ ਪਸ਼ੂਆਂ ਦੀ ਆਪਾਂ ਕਰਕੇ ਦਿਖਾ ਦਾਂਗੇ ਤਸੱਲੀ ਦੇ ਨਾਲ। ਅੱਗੋਂ ਕੋਈ ਵੀ ਖਰੀਦਦਾਰ ਵੀਰ ਘਰ ਆਉਂਦਾ ਦੋਸਤੋ, ਚੋ ਕੇ ਦੋ ਟਾਈਮ ਆਪਦੀ ਤਸੱਲੀ ਕਰ ਸਕਦੇ ਜੇ ਤੁਸੀਂ, ਠੀਕ ਆ ਜੀ। ਅਤੇ ਬਾਕੀ ਹਰ ਵਾਰ ਆਪਾਂ ਕਹਿੰਦੇ ਹਾਂ ਵੀ ਗੱਭਣ ਪਸ਼ੂ ਆਪਣਾ ਦੋਸਤੋ ਚੌਂ ਥਾਂ ਦਾ ਤਿੱਪ ਕੇ ਖਰੀਦਿਆ ਕਰੋ, ਅਤੇ ਜੇਕਰ ਸੋਇਆ ਸੋਇਆ ਕੋਈ ਨਗ ਪਸ਼ੂ ਖਰੀਦਦਾ ਤਾਂ ਦੋ ਡੰਗ ਚਵਾਈ ਕਰਕੇ ਜਿਹੜੀ ਦੋਸਤੋ ਤਸੱਲੀ ਕਰਿਆ ਕਰੋ। ਆਓ ਲੈਂਦੇ ਹਾਂ ਜਾਣਕਾਰੀ ਵੀਰ ਨਿਸ਼ਾਨ ਸਿੰਘ ਤੋਂ। ਸਭ ਤੋਂ ਪਹਿਲਾਂ ਵੀਰ ਨਿਸ਼ਾਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਨਿਸ਼ਾਨ ਵੀਰੇ, ਪਸ਼ੂ ਵਪਾਰ ਦਾ ਕੰਮ ਵੀ ਹੈਗਾ ਅਤੇ ਹੈਗਾ, ਅਤੇ ਫਿਰ ਕਿੰਨੇ ਕੁ ਟਾਈਮ ਤੋਂ ਲੰਮਾ ਆਪਾਂ ਕਰਦੇ ਆ ਰਹੇ ਹਾਂ? ਵੀਰ ਜੀ, ਵਪਾਰ ਦਾ ਕੰਮ ਤਾਂ ਆਪਣਾ ਥੋੜ੍ਹੇ ਸਮੇਂ ਤੋਂ ਹੀ ਆ। ਅੱਛਾ ਜੀ। ਬਾਕੀ ਆਪਣੀ ਉਹ ਵੈੜ ਬਿਲਕੁਲ ਘਰੇਲੂ, ਆਪਣੀ ਘਰ ਦੀ ਵੈੜ ਆ ਜਿਹੜੀ ਦੂਜੇ ਸੂਏ ਆ। ਠੀਕ ਹੈ ਜੀ। ਇਹ ਵੈੜ ਆਪਾਂ ਵੇਚਣ ਵਾਸਤੇ ਲਿਆਂਦੀ ਆ। ਠੀਕ ਹੈ ਜੀ। ਹਾਂਜੀ। ਅਤੇ ਜਿਹੜੀ ਆਪਣੀ ਬਿਲਕੁਲ ਘਰੇਲੂ ਵੈੜ ਆ, ਉਹ ਸੂਏ ਕਿੰਨਵੇਂ ਹੋ ਗਈ? ਉਹ ਵੀਰ ਜੀ ਦੂਜੇ ਸੂਏ ਵੈੜ ਆ। ਅੱਛਾ ਜੀ। ਹਾਂਜੀ ਠੀਕ। ਅਤੇ ਦੁੱਧ ਥੱਲੇ 17 ਕਿਲੋ ਆ। ਠੀਕ ਹੈ ਜੀ। ਹਾਂਜੀ ਵੀਰ ਜੀ। ਆ ਜਾਓ ਅਤੇ ਨਿਸ਼ਾਨ ਵੀਰ ਆ ਜਾਓ, ਇੱਕ ਪਾਸਿਓਂ ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ। ਲਓ ਵੀ ਦੋਸਤੋ, ਬਿਲਕੁਲ ਜਿਹੜੀ ਘਰੇਲੂ ਵੀਰ ਉਹਨਾਂ ਦੇ ਘਰੇ ਘਰ ਦੀ ਵੈੜ ਸੀਗੀ, ਠੀਕ ਹੈ ਜੀ, ਸੇਲ ਦੇ ਲਈ ਅੱਜ ਅਵੇਲੇਬਲ ਆ, ਵੇਚਦੇ ਪਏ ਨੇ ਆਪਾਂ ਇੱਥੋਂ ਜਿਹੜੀ ਸ਼ੁਰੂਆਤ ਕਰਦੇ ਆ। ਨਿਸ਼ਾਨ ਭਾਈ, ਇਹ ਸੂਆ ਤੁਸੀਂ ਦੱਸਤਾ ਦੂਜਾ? ਹਾਂਜੀ ਵੀਰ ਜੀ। ਅੱਜ ਦਿਨ ਕਿੰਨੇ ਕੁ ਗਏ ਆ ਇਹਨੂੰ? ਵੀਰ ਜੀ ਲਗਭਗ 10 ਦਿਨ ਹੋ ਗਏ ਸੂਈ ਨੂੰ। 10 ਕੁ ਦਿਨ ਹੋ ਗਏ? ਹਾਂਜੀ ਠੀਕ ਆ। ਬੱਚਾ ਮਗਰ ਦੇ ਕੀ ਆ? ਇਹਦੇ ਮਗਰ ਵੀਰ ਜੀ ਬੱਚਾ। ਬੱਚਾ? ਹਾਂਜੀ। ਬੱਚਾ ਸਾਈਡ ਤੇ ਬੱਜਾ ਪਰਲੇ ਪਾਸੇ। ਠੀਕ ਆ ਜੀ। ਤੇ ਹੁਣ ਦੁੱਧ ਆਪਾਂ ਕਿੰਨਾ ਚਵਾਦਾਂਗੇ ਕਿਸੇ ਵੀਰ ਨੂੰ? ਇਹਦੇ ਥੱਲੇ ਵੀਰ ਜੀ 17 ਕਿਲੋ ਦੁੱਧ ਚਵਾਵਾਂਗੇ। 17 ਕਿਲੋ? ਹਾਂਜੀ। ਵੀ ਇਹ ਪੂਰਾ ਨੈਟ ਜਿਹੜਾ ਹੈ ਬਿਲਕੁਲ? ਹਾਂਜੀ ਹਾਂਜੀ ਵੀਰ ਜੀ, ਕੰਡੇ ਤੋਲਵਾ 17 ਕਿਲੋ ਦੁੱਧ ਦੂਗਾ। ਠੀਕ ਹੈ ਜੀ। ਹਾਂਜੀ। ਲਓ ਦੋਸਤੋ, 17 ਕਿਲੋ ਦੁੱਧ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਘਰ ਆਣ ਕੇ, 10 ਕੁ ਦਿਨਾਂ ਦੀ ਸੂਈ ਆ, ਦੂਜਾ ਸੂਆ। ਬਾਕੀ ਵੀਰ ਜੀ ਕੋਈ ਗੱਲ ਨਹੀਂ ਆ, ਗਾਂ ਠੰਡੀ ਠੁੰਡੀ ਹੈ, ਇਹ ਨਹੀਂ ਆ ਕੋਈ ਭੜਕਣ ਵਾਲੀ ਨਹੀਂ ਆ, ਵੇਖੋ ਠੰਡੀ ਠੁੰਡੀ ਗਾਂ ਹੈ, ਕੋਈ ਚੱਕਰ ਨਹੀਂ ਇਹੋ ਜਿਹਾ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਸੋ ਬਾਕੀ ਥਣ ਥੂਣ ਜਿਹੜਾ ਦੋਸਤੋ, ਇੱਕ ਵਾਰੀ ਤਸੱਲੀ ਨਾਲ ਤੁਹਾਨੂੰ ਦਿਖਾਉਂਦੇ ਹਾਂ ਨੇੜੇ ਤੋਂ, ਮੁੱਠੀ ਥਣ ਆ, ਹੱਥੀ ਚਵਾਈ ਵਾਲਾ ਥਣ ਲੱਗਾ, ਵਿਰਲਾ ਵੁਰਲਾ ਵੀ ਚੰਗੀਆਂ ਸਪੈਸ਼ਲ ਨੇ, ਚੱਪੇ ਚੱਪੇ 'ਤੇ ਥਾਣਾ ਦੋਸਤੋ, ਚੌਂ ਚੌਂ ਉਂਗਲਾਂ 'ਤੇ ਥਾਣਾ ਆ ਬੱਚਾ, ਅਤੇ ਬਾਕੀ ਵਿੱਥਾਂ ਵਿਰਲਾਂ ਤੁਹਾਡੇ ਸਾਹਮਣੇ ਆ, ਵੇਖੋ ਜੀ। ਅਤੇ ਹੁਣ ਅੱਛਾ ਨਿਸ਼ਾਨ ਭਾਈ, ਇੱਕ ਵਾਰੀ ਫਿਰ ਕਨਫਰਮ ਕਰਦੀ ਆ ਵੀ 16 ਕਿਲੋ ਨੈੱਟ ਦੁੱਧ ਹੈ ਨਾ? ਹਾਂਜੀ ਹਾਂਜੀ ਵੀਰ ਜੀ। ਠੀਕ ਹੈ, 16 ਕਿਲੋ ਦੀ ਪੱਕੀ ਗਰੰਟੀ ਹੋਊਗੀ ਨਾ? ਠੀਕ ਹੈ ਜੀ। ਹਾਂਜੀ ਵੀਰ ਜੀ। ਅਤੇ ਆਹ ਬੱਚਾ ਮਗਰ ਬੱਚਾ? ਹਾਂਜੀ ਬੱਚਾ ਜੀ ਇਹਦੇ। ਠੀਕ ਹੈ, 10 ਕੁ ਦਿਨ ਦੱਸਦੇ? ਹਾਂਜੀ 10 ਦਿਨ ਹੋਏ ਜੀ। ਠੀਕ ਹੈ ਜੀ। ਹਾਂਜੀ। ਅਤੇ ਨਿਸ਼ਾਨ ਵੀਰੇ, ਖੋਲ ਕੇ ਮਾੜਾ ਜਿਹਾ ਤੋਰ ਕੇ ਦਿਖਾ ਦਈਏ। ਸੋ ਕੱਦ ਕੁੱਦ ਦੋਸਤੋ ਚੰਗਾ, ਮੀਡੀਅਮ ਤੋਂ ਜਿਹੜੀ ਉੱਚੀ ਆ, ਉਹ ਬੱਚਾ ਖੋਲੀ ਹੈ ਨਾ, ਮੀਡੀਅਮ ਤੋਂ ਉੱਚੀ ਹਾਈਟ ਆ, ਇੱਕ ਮੀਡੀਅਮ ਹਾਈਟ ਹੁੰਦੀ ਆ ਦੋਸਤੋ, ਇੱਕ ਮੀਡੀਅਮ ਤੋਂ ਉੱਚੀ ਆ, ਠੀਕ ਆ। ਬਾਕੀ ਥਾਣ ਥੂਣ ਵੀ ਤੁਹਾਨੂੰ ਪ੍ਰੋਪਰ ਦੱਸਤਾ ਵੀ ਮੁੱਠੀ ਥਾਣਾ, ਹੱਥੀ ਚਵਾਈ ਲਾ ਥਾਣਾ, ਠੀਕ ਆ। ਕੋਈ ਗੱਲ ਨਹੀਂ, ਜੇਕਰ ਬੱਚੇ ਦੇ ਨਾਲ ਤੁਰਦੀ ਆ, ਬੱਚੇ ਨਾਲ ਤੁਰਦੀ ਆ, ਥੋੜਾ ਨਾਲ ਤੁਰਦੀ ਆ ਜੀ, ਕੋਈ ਨਹੀਂ ਮੋੜਦੇ ਕੀ। ਹਾਂ
ਥੋੜ੍ਹਾ ਹੌਲੀ ਤੋਰ ਦਿਓ ਵੀਰ ਨਿਸ਼ਾਨ, ਹੌਲੀ ਤੋਰ ਦਿਆ ਜੀ, ਬੱਚਾ ਅੱਗੇ ਲਾ ਲਿਓ ਬੇਸ਼ੱਕ। ਲਓ ਜੀ ਠੀਕ ਆ, ਬੰਨ ਲਓ ਜੀ। ਹਾਂਜੀ ਬੰਨ ਦੇ, ਠੀਕ ਆ। ਸੋ 16 ਕਿਲੋ ਦੋਸਤੋ ਦੁੱਧ ਜਿਹੜਾ ਕਿਸੇ ਵੀਰ ਨੇ ਚੋ ਲੈਣਾ, 16 ਕਿਲੋ ਦੀ ਪੂਰੀ ਤਸੱਲੀ ਆ। ਸੋ ਕੋਈ ਵੀਰ ਆਣ ਕੇ ਆਪਦੀ ਤਸੱਲੀ ਕਰ ਸਕਦਾ, ਚੋ ਕੇ 2 ਡੰਗ ਤਸੱਲੀ ਕਰ ਸਕਦਾ। ਅੱਛਾ ਤਾਂ ਨਿਸ਼ਾਨ ਬਾਈ ਕੀ ਡਿਮਾਂਡ ਕਰਦੇ ਆ, ਮੁੱਲ ਕੀ ਰਹੂ ਕਹਿੰਦਾ? ਇਹਦਾ ਵੀਰ ਜੀ 54,000 ਮੁੱਲ ਕਰਦੇ ਆ। 54,000? ਹਾਂਜੀ। ਨੈੱਟ ਲੈਣ ਦੇ ਨਹੀਂ ਜਾਂ ਥੋੜ੍ਹਾ ਪਤਾ ਵਿੱਚ ਮੌਕਾ? ਕੋਈ ਨਹੀਂ ਵੀਰ ਜੀ, ਜਿਹੜਾ ਤੁਹਾਡੀ ਵੀਡੀਓ ਵੇਖ ਕੇ ਉਹ ਕਰਾਂਗੇ ਮਾਨ ਤੁਹਾਨੂੰ ਜ਼ਰੂਰ, ਥੋੜ੍ਹੀ ਜੋ ਵੀ ਗੁੰਜਾਇਸ਼ ਹੋਈ ਜ਼ਰੂਰ ਹੈ। ਹਾਂਜੀ ਵੀਰ, ਮਾਨ ਤੁਹਾਨੂੰ ਜ਼ਰੂਰ ਹੈ। 54,000 ਦੇ ਵਿੱਚੋਂ ਭਰਾਵੋ ਮਾਨ ਤੁਹਾਨੂੰ ਹੋ ਜੂਗਾ, ਅਤੇ ਬਾਕੀ ਆਹ ਤੁਸੀਂ ਵੇਖ ਸਕਦੇ ਜੇ ਥਾਣੇ ਇੱਕ ਵਾਰੀ ਫੇਰ। ਠੀਕ ਹੈ ਜੀ, ਠੀਕ ਆ ਜੀ, ਠੀਕ ਆ। ਅੱਛਾ ਭਾਈ ਨਿਸ਼ਾਨ ਅਗਲੇ ਬੰਨੇ ਆਪਣੇ ਕੋਲ ਦੂਜੇ ਨੰਬਰ 'ਤੇ ਜੀ, ਇਹ ਸੂਆ ਕਿਨਵਾ? ਇਹ ਵੀਰ ਜੀ ਪਹਿਲੇ ਸੂਏ ਬੈਠ ਆ, ਪਹਿਲਾਂ? ਹਾਂਜੀ, ਆਹ ਛੜੀਆਂ ਵਾਲੇ ਵੱਜੀਆਂ ਵੀਰ ਜੀ ਇਹਦੇ ਆ। ਠੀਕ ਆ, ਇਹ ਤਾਜ਼ੀ ਸੂਈ ਆ, 54 ਦਿਨਾਂ ਦੀ ਸੂਈ ਆ ਵੀਰ ਜੀ ਇਹ। ਠੀਕ ਆ ਜੀ, ਹਾਂਜੀ। ਅੱਜ 4 ਕੁ ਦਿਨ ਹੋ ਗਏ ਆ। ਹਾਂਜੀ। ਅਤੇ ਬੱਚਾ ਇਹਦੇ ਮਗਰ? ਇਹਦੇ ਮਗਰ ਵੱਛੀ ਆ ਜੀ। ਵੱਛੀ ਆ ਮਗਰ? ਹਾਂਜੀ। ਵੱਛੀ ਵੀ ਚੰਗੇ ਇੰਪੋਰਟਡ ਸੀਮਨ ਦੀ? ਹਾਂਜੀ ਹਾਂਜੀ, ਠੀਕ ਆ। ਸੋ ਮਗਰ ਵੱਛੀ ਆ ਦੋਸਤੋ, ਬਿਲਕੁਲ ਵਾਈਟ ਰੰਗ ਦੇ ਵਿੱਚ ਮਗਰ ਵੱਛੀ ਆ। ਪਹਿਲਾਂ ਆਹ ਪਲੂਨ ਜਿਹੜੀ ਦੋਸਤੋ ਇਹ ਵੈਡ ਸੂਈ ਆ, ਅੱਜ 4 ਕੁ ਦਿਨ ਦਾ ਸਮਾਂ ਵੀਰ ਦੱਸ ਰਿਹਾ ਵੀ 64 ਦਿਨਾਂ ਦੀ ਸੂਈ ਆ। ਥਣ ਥੁਣ ਬਹੁਤ ਸੋਹਣਾ ਕੁਆਲਿਟੀ ਦਾ ਲੱਗਾ, ਠੀਕ ਆ ਜੀ। ਮੋਸਟਲੀ ਆਪਾਂ ਘੱਟ ਦੇਖਦੇ ਹਾਂ ਵੀ ਪਹਿਲਾਂ ਵੈੜਾਂ ਦੇ ਇਹੋ ਜਿਹਾ ਥਣ, ਬਾਕੀ ਥਣ ਇੱਕ ਵਾਰੀ ਤੁਹਾਨੂੰ ਥੋੜ੍ਹੇ ਹੋਰ ਨਜ਼ਦੀਕੀ ਤੋਂ ਦਿਖਾ ਦਿੰਦੇ ਹਾਂ। ਆਹ ਕਰੋ ਚੈੱਕ ਜੀ, ਆ ਲਓ। ਠੀਕ ਆ ਜੀ। ਅੱਛਾ ਤੇ ਨਿਸ਼ਾਨ ਭਾਈ ਹੁਣ ਬੌਲੇ ਤੋਂ ਬਾਹਰ ਆ ਗਈ ਹੈ, ਸਮਝ ਲਈਏ? ਹਾਂਜੀ ਹਾਂਜੀ, ਬੌਲੇ ਤੋਂ ਵੀਰ ਜੀ ਬਾਹਰ ਆ ਹੀ ਚੁੱਕੀ ਲਗਭਗ, ਕਿਉਂਕਿ 4 ਦਿਨ ਦੀ ਸੂਈ ਹੋ ਗਈ, ਬੌਲੇ ਤੋਂ ਬਾਹਰ ਆ ਹੀ ਚੁੱਕੀ ਹੈ। ਠੀਕ ਆ, ਹੁਣ ਫਿਰ ਕਿੰਨਾ ਕੁ ਸਟਾਰਟਿੰਗ ਕੱਚਾ ਬੌਲਾ ਜਾਂ ਦੁੱਧ ਕਿੰਨਾ? ਇਹਦੇ ਥੱਲੇ ਤੁਸੀਂ ਬੌਲਾ ਹੀ ਗਿਣੋ ਲੈ, ਇਹਦੇ ਥੱਲੇ 17 ਕਿਲੋ ਬੌਲਾ ਹੈਗਾ ਜੀ, ਨੈੱਟ ਜਿਹੜਾ? ਹਾਂਜੀ, ਨੈੱਟ ਪੱਕਾ ਬੌਲਾ ਜੀ, 17 ਕਿਲੋ। ਹਾਂਜੀ, 20 ਕਿਲੋ ਤੋਂ ਪਾਰ ਜਾਊਗੀ ਜੀ ਵੱਛੀ। ਠੀਕ ਆ ਜੀ, ਹਾਂਜੀ। ਲਓ ਦੋਸਤੋ, ਬਾਕੀ ਦੋਸਤੋ ਬਾਡੀ ਬਣਤਰ ਦੀ ਬਹੁਤ ਚੰਗੀ ਆ, ਵਾਈਟ ਰੰਗ ਆ, ਬਾਕੀ ਪ੍ਰਿੰਟ ਬਹੁਤ ਸੋਹਣਾ ਤੇ ਡੱਬ ਡੁੱਬ ਬਹੁਤ ਸੋਹਣੇ ਬਲੈਕ ਵਿੱਚ। ਹਾਂ ਭਾਈ ਨਿਸ਼ਾਨ ਖੋਲ ਕੇ ਦਿਖਾਈਏ, ਤੇ ਸਪੇਸ ਸਪੂਸ ਵੀ ਚੰਗੀ ਆ, ਦੇਖੋ ਜੀ ਆਪਸੀ ਥਣਾਂ ਦੀ ਸਪੇਸ ਵੀ ਚੰਗੀ ਆ। ਠੀਕ ਹੈ ਜੀ, ਸੋ ਵਾਟਰ ਕੁਆਲਿਟੀ ਚੰਗੀ ਹੈ ਦੋਸਤੋ। ਬਾਕੀ ਲੇਵਾ ਲੂਵਾ ਬਹੁਤ ਸੋਹਣਾ, ਨਿੱਗਰ ਲੇਵਾ, ਜਿੰਨਾ ਵੀ ਆ ਫਿਕਸ ਆਰਡਰ ਆ, ਠੀਕ ਹੈ ਜੀ। ਅਤੇ ਕੱਦ ਚੰਗਾ, ਵੱਡੇ ਕੱਦ ਕਾਠ ਦੇ ਵਿੱਚ। ਸੋ ਜਿਹੜਾ ਵੀ ਕੋਈ ਖਰੀਦਦਾਰ ਸੰਪਰਕ ਕਰੂਗਾ, ਸੌਦਾ ਕਰੂਗਾ, ਇੱਕ ਆਈਡੀਆ ਮੰਨ ਲਿਓ ਵੀ ਹਾਈਟ ਕੱਦ ਸੋਹਣਾ, ਠੀਕ ਹੈ ਜੀ। ਮੀਡੀਅਮ ਹਾਈਟ ਨਾਲੋਂ ਜਿਹੜੀ ਉੱਚੀ ਹਾਈਟ ਆ, ਕੱਦ ਕੁੱਦ ਚੰਗਾ ਬੈਠਦਾ, ਮਗਰ ਵੀ ਵੱਛੀ ਆ, ਠੰਡੀ ਬੈਠ ਵੀਰ ਜੀ, ਕੋਈ ਚੱਕਰ ਨਹੀਂ ਇਹੋ ਜਿਹਾ, ਗਰਮ ਗੁਰਮ ਨਹੀਂ, ਪਹਿਲਾਂ ਬੈਠ ਹੋਵੇ। ਅੱਛਾ ਨਿਸ਼ਾਨ ਭਾਈ, ਵੰਗਾ ਵੁੰਗਾ ਪਾ ਲੈਂਦੇ ਵੈਸੇ ਆਪਾਂ ਜਿਵੇਂ? ਹਾਂਜੀ ਹਾਂਜੀ ਵੀਰ ਜੀ, ਵੰਗਾ ਬੜਾ ਵਧੀਆ ਉੱਦਾਂ ਹੀ। ਠੀਕ ਹੈ ਜੀ, ਅਤੇ ਕੀ ਡਿਮਾਂਡ ਕਰਦੇ ਇਸ ਬੈਠ ਦੀ ਲੈਣ ਦੇਣ? ਇਹਦੀ ਵੀਰ ਜੀ 56,000 ਡਿਮਾਂਡ ਕਰਦੇ ਜੀ। 56,000? ਹਾਂਜੀ। ਤੇ ਕੋਈ ਕਿੱਥੋਂ ਤੱਕ ਹੋ ਜਾਊਗਾ ਵੀ ਥੋੜ੍ਹਾ ਬਾਤਾ ਵਿੱਚੋਂ ਲੈਸ ਲੂਸ ਕਰਕੇ? ਕੋਈ ਨਹੀਂ, ਜਿਹੜਾ ਤੁਹਾਡੀ ਵੀਡੀਓ ਵੇਖ ਕੇ ਉਹ ਵੀਰ ਜੀ ਜ਼ਰੂਰ ਮਾਨਤਰ ਕਰੇ, 54,000 ਦੀ ਬੈਠ ਦੇ ਦਾਂਗੇ ਜੀ। 54,000 ਦੀ? ਹਾਂਜੀ, ਠੀਕ ਹੈ ਜੀ। ਲਓ ਦੋਸਤੋ, 54,000 ਦੀ ਇਹ ਬੈਠ ਮਿਲ ਜੂਗੀ ਤੁਹਾਨੂੰ। ਬਾਕੀ ਰੇਟ ਪੜਤਾ ਬੜਾ ਜਾਇਜ਼ ਆ, ਜੈਨੂਅਨ ਜੇ ਰੇਟ ਪੜਤੇ ਨੇ, ਦੁੱਧ ਚੰਗਾ ਖਾਸਾ ਹੈ, ਠੀਕ ਹੈ ਜੀ, ਦੁੱਧ ਥੱਲੇ ਚੰਗਾ। ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਤਸੱਲੀ
ਕਰ ਸਕਦੇ ਹੋ ਜੇ ਘਰ ਆਣ ਕੇ ਚੋ ਕੇ। ਬਾਕੀ ਇੱਕ ਟਾਈਮ ਜਿਹੜੀ ਦੋਸਤੋ ਆਪਾਂ ਚਵਾਈ ਆ ਤੁਹਾਨੂੰ ਨਾਲ ਦੀ ਨਾਲ ਦਿਖਾਈ ਵੀ ਜਾਂਦੇ ਹਾਂ, ਅਤੇ ਕੋਈ ਵੇਰ ਆਪਦੀ ਜਿਹੜਾ ਕੋਈ ਦੂਰ ਦੁਰਾਡੇ ਬੈਠਾ ਨਹੀਂ ਘਰ ਵਿਜਿਟ ਕਰ ਸਕਦਾ, ਔਨਲਾਈਨ ਸੌਦਾ ਕਰਨਾ ਚਾਹੁੰਦੇ ਹੋ ਦੋਸਤੋ, ਤਾਂ ਤੁਸੀਂ ਬੇਸ਼ੱਕ ਘਰ ਬੈਠੇ ਵੀ ਜਿਹੜਾ ਔਨਲਾਈਨ ਸੌਦਾ ਕਰ ਸਕਦੇ ਜੇ। ਬਿਲਕੁਲ ਇੱਕ ਮਿਲਕਿੰਗ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਉਸਦੇ ਬਿਹਾਵ 'ਤੇ ਵੀ ਜਿਹੜਾ ਤੁਸੀਂ ਸੌਦਾ ਕਰ ਸਕਦੇ ਜੇ, ਠੀਕ ਆ। ਅਤੇ ਅੱਜ ਫਿਰ ਨਿਸ਼ਾਨ ਭਾਈ ਆਪਣੇ ਕੋਲ ਦੋ ਪਸ਼ੂ ਸੀਗੇ। ਹਾਂਜੀ ਵੀਰ ਜੀ। ਅਤੇ ਨੰਬਰ ਬੋਲ ਦਿਓ ਆਪਣੇ। ਹਾਂਜੀ ਵੀਰ ਜੀ, 84375 ਹਾਂਜੀ 2006। ਠੀਕ ਹੈ ਜੀ। ਦੂਜਾ ਨੰਬਰ 9680-6635। ਠੀਕ ਹੈ ਜੀ। ਹਾਂਜੀ ਵੀਰ ਜੀ, ਠੀਕ ਹੈ ਜੀ। ਸੋ ਦੋਸਤੋ, ਇਹ ਸਨ ਮੇਰੇ ਨਾਲ ਵੀਰ ਨਿਸ਼ਾਨ ਸਿੰਘ, ਓਨਰ ਨੇ, ਅਤੇ ਪਸ਼ੂ ਅੱਗੇ ਤੋਂ ਵੀ ਵੀਰ ਨਿਸ਼ਾਨ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ। ਹਾਂਜੀ ਵੀਰ ਜੀ, ਪਸ਼ੂ ਨਾ ਆਉਂਦੇ ਜਾਂਦੇ ਰਹਿੰਦੇ ਆ, ਠੰਡ ਕਰਕੇ ਥੋੜ੍ਹਾ ਜਿਹਾ ਬ੍ਰੇਕ ਲਾਈ ਆ, ਠੰਡ ਜ਼ਿਆਦੀ ਕਰਕੇ, ਸੀਤ ਕਰਕੇ। ਠੀਕ ਆ। ਲਓ ਵੀ ਦੋਸਤੋ, ਫਿਲਹਾਲ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਦੋ ਐਨੀਮਲ ਦਿਖਾਉਣੇ ਸੀਗੇ। ਦੋਵੇਂ ਵਹਿੜਾਂ ਨੇ, ਦੋਵੇਂ ਵਹਿੜਾਂ ਚੰਗੀਆਂ ਨੇ, ਬਿਲਕੁਲ ਕੁਝ ਕੁਝ ਦਿਨਾਂ ਦੇ ਉੱਪਰ ਨੇ, ਅਤੇ ਬੌਲੇ ਤੋਂ ਹਜੇ ਜਸਟ ਕੋਈ ਬਾਹਰ ਆਈ ਆ, ਕੋਈ ਬੌਲੇ 'ਤੇ ਆ। ਇਸ ਕਰਕੇ ਮੇਰਾ ਵੀਰ ਕੋਈ ਆਪਦੀ ਤਸੱਲੀ ਆ, ਨਰਕ ਪਰਖ ਆਪਾਂ ਹਰ ਵਾਰ ਕਹਿੰਦੇ ਹਾਂ, ਦੋ ਡੰਗ ਘਰੇ ਚੋ ਕੇ ਕਰ ਲਿਓ, ਕਿਉਂਕਿ ਸੋਏ ਸੋਏ ਪਸ਼ੂ ਆ, ਠੀਕ ਆ ਜੀ। ਅਤੇ ਬਾਕੀ ਜਿਹੜਾ ਕੋਈ ਵੀਰ ਔਨਲਾਈਨ ਸੌਦਾ ਕਰਨਾ ਚਾਹੁੰਦਾ, ਉਹ ਵੀ ਤੁਸੀਂ ਇੱਕ ਟਾਈਮ ਕੋਈ ਵੀਡੀਓ ਕਾਲ 'ਤੇ ਤਸੱਲੀ ਕਰਵਾ ਸਕਦੇ ਜੇ, ਕੋਈ ਇੱਕ ਅੱਧਾ ਟਾਈਮ ਇੱਥੇ ਘਰ ਆਣ ਕੇ ਵੀ ਤਸੱਲੀ ਕਰ ਸਕਦੇ ਜੇ। ਸੋ ਦੋਸਤੋ, ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।